ਕਰ ਰਹੇ ਆ ਸਾਇਲੇਜ ਦੀ ਸ਼ੋਰਟੇਜ ਨਹੀਂ ਆਉਣੀ ਚਾਹੀਦੀ ਆਪਣੇ ਫਾਰਮ ਦੇ ਉੱਪਰ ਜੇ ਆਪਣੇ ਫਾਰਮ ਤੇ ਸਾਇਲੇਜ ਦੀ ਸ਼ੋਰਟੇਜ ਆਉਂਦੀ ਆ ਤਾਂ ਸਮਝ ਲਓ ਆਪਣੇ ਵਿੱਚ ਕਮੀ ਆ ਪਾ ਮਾ ਪੈ ਐਨੀਮਲ ਘੱਟ ਲੈ ਲੋ ਉਹਨਾਂ ਦੇ ਖਾਣ ਪੀਣ ਦਾ ਇੰਤਜ਼ਾਮ ਜਿਹੜਾ ਆਪਾਂ ਸਟੋਰ ਕਰਕੇ ਰੱਖਣਾ ਉਹ ਪ੍ਰੋਪਰ ਰੱਖੋ ਤੁਸੀਂ ਇਹ ਬਹੁਤ ਜ਼ਰੂਰੀ ਆ ਅਸੀਂ ਆਪਾਂ ਕਰ ਦਾਂਗੇ ਜਦੋਂ ਆਪਾਂ ਦੇਖ ਲੈਣਾਂ ਲੈ ਵੀ ਆਪਣਾ ਟਾਈਮ ਲੰਘ ਰਿਹਾ ਜੇ ਤਿੰਨ ਕੁਇੰਟਲ ਦੀ ਵੀ ਹੋਈ ਆ ਉਹਦਾ ਵੀ ਆਪਾਂ ਏਆਈ ਕਰ ਦਾਂਗੇ ਆਪਦੇ ਫਾਰਮ ਤੇ ਹੁਣ ਇੱਕ ਦੋ ਬੱਚੀਆਂ ਛੋਟੀਆਂ ਗੀਆਂ ਉਹ ਕਹਾ ਜਾਣਗੀਆਂ ਨਹੀਂ ਬਾਕੀ ਸਾਰੀਆਂ ਬੱਚੀਆਂ ਲਗਭਗ ਮੈਂ ਲਗਭਗ ਸਾਰੇ ਐਨੀਮਲਾਂ ਦੀ ਏਆਈ ਕਰ ਚੁੱਕੇ ਆ ਇਹ 2 4 ਨੂੰ ਛੱਡ ਕੇ ਇਹ ਆਪਣੇ ਕੁਝ ਉੱਤਰ ਵੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਮੇਰੇ ਵੀਰ ਭੈਣ ਭਰਾਵਾਂ ਨੂੰ ਵੀਰ ਜੀ ਸੋਸੇ ਆ ਗਾ ਲੰਮਸਕਾਰ ਆ ਵੀਰ ਜੀ ਜਿਹੜੀ ਅੱਜ ਆਪਾਂ ਵੀਡੀਓ ਕਰਨ ਲੱਗੇ ਆ ਇਹਦੇ ਵਿੱਚ ਆਪਾਂ ਗੱਲ ਕਰਾਂਗੇ ਸਮਾਲ ਡੈਰੀ ਫਾਰਮਰ ਨੂੰ ਅੱਜ ਕੱਲ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਨੇ ਕਿਉਂ ਅੱਜ ਕੱਲ ਆਪਣਾ ਇੱਕ ਤਾਂ ਦੁੱਧ ਪਹਿਲਾਂ ਪੀਕ ਤੇ ਹੁੰਦਾ ਦੁੱਧ ਪੂਰਾ ਵਧੀਆ ਜਾ ਰਿਹਾ ਹੁੰਦਾ ਉਸ ਤੋਂ ਬਾਅਦ ਆਪਾਂ ਕਈ ਵਾਰ ਸੋਚਦੇ ਆ ਰਿੱਕੇ ਲੱਗ ਦੁੱਧ ਘਟ ਗਿਆ ਕਾਰਨ ਕਈ ਹੁੰਦੇ ਆ ਇੱਕ ਤਾਂ ਗਰਮੀ ਦਾ ਟਾਈਮ ਆਉਣਾ ਗਾ ਮੌਸਮ ਚੇਂਜ ਹੋ ਰਿਹਾ ਹੁੰਦਾ ਗਾ ਇੱਕ ਉਹਦੋ ਆਪਣੇ ਕੋਲੇ ਸਾਈਲੇਜ ਵਗੈਰਾ ਦੀ ਸ਼ੋਟੇਜ ਆ ਜਾਂਦੀ ਆ ਮੇਰੇ ਫਾਰਮ ਤੇ ਆਪ ਵੀ ਹੁੰਦਾ ਰਿਹਾ ਇਹ ਆਪਾਂ ਉਹਨਾਂ ਚਿਰ ਕਾਮਯਾਬ ਫਾਰਮਰ ਨਹੀਂ ਬਣ ਸਕਦੇ ਜਿੰਨਾਂ ਜਿੱਕਰ ਆਪਾਂ ਸਾਲ ਭਰ ਦਾ ਸਾਈਲੇਜ ਨਹੀਂ ਸਟੋਰ ਕਰ ਸਕਦੇ ਇਹ ਬਹੁਤ ਜ਼ਰੂਰੀ ਆ ਚਾਹੇ ਔਖੇ ਹੋ ਲਈਏ ਸੌਖੇ ਹੋ ਲਈਏ ਹੋਰ ਪਾਸੇ ਆਪਾਂ ਆਪ ਦਾ ਖਰਚੇ ਜੇਬ ਦੇ ਹੋਰ ਘਟਾ ਲਈਏ ਸਾਈਲੇਜ ਇਹਨਾਂ ਦਾ ਸਾਲ ਭਰ ਦਾ ਜੇ ਸਟੋਰ ਕਰ ਲੈਣਾ ਤੁਸੀਂ ਬਹੁਤ ਸੌਖੇ ਰਹੋਗੇ ਹੁਣ ਤੁਸੀਂ ਆਏ ਦੇਖੋ ਕਈ ਵੀਰਾਂ ਦੀ ਸ਼ਿਕਾਇਤ ਆਉਂਦੀ ਹੈ ਬਾਈ ਸਾਈਲੇਜ ਦਾ ਬਦਲ ਕੀ ਕਰੀਏ ਸਾਈਲੇਜ ਮੁੱਕ ਗਿਆ ਪਹਿਲੀ ਗੱਲ ਤਾਂ ਜੇ ਆਪਾਂ ਡੈਰੀ ਫਾਰਮ ਸ਼ੁਰੂ ਕਰਨਾ ਸਾਈਲੇਜ ਮੁਕਣਾ ਨਹੀਂ ਚਾਹੀਦਾ ਪਰ ਇਹ ਨੌਬਤ ਫੇਰ ਵੀ ਆ ਜਾਂਦੀ ਹੈ ਮੇਰੇ ਫਾਰਮ ਤੇ ਵੀ ਆਉਂਦੀ ਰਹੀ ਹੈ ਹੁਣ ਤੁਸੀਂ ਇਹਦਾ ਬਦਲ ਇਹਦੀ ਜਿਹੜੀ ਡਰਾਈ ਮੈਟਰ ਦੇ ਨਾਲ ਦੁੱਧ ਲੈਣਾ ਬਹੁਤ ਔਖਾ ਹੁੰਦਾਗਾ ਇੱਕ ਤਰ੍ਹਾਂ ਦਾ ਸਾਈਲੇਜ ਦੇ ਵਿੱਚ ਆਪਾਂ ਕਹਿੰਦੇ ਨੇ 80 ਡਰਾਈ ਮੈਟਰ 30% 40% ਜਿੰਨ 35% 30% ਜਿੰਨਾ ਵੀ ਆਪਣੇ ਡਰਾਈ ਮੈਟਰ ਦੇ ਵਿੱਚ ਡਰਾਈ ਮੈਟਰ ਹੁੰਦਾ ਸਾਈਲੇਜ ਦੇ ਵਿੱਚ ਉਦੇ ਅਕੋਰਡਿੰਗ ਆਪਾਂ ਦੁੱਧ ਬੋਤ ਲੈ ਲੈਨੇ ਹੁੰਨੇ ਆ ਜੇ ਆਪਾਂ ਤੂੜੀ ਪਾ ਕੇ ਕਹਾਂਗੇ ਲੈ ਵੀ ਉਹਨਾਂ ਦੁੱਧ ਲੈ ਲਈਏ ਉਹਨਾਂ ਦੁੱਧ ਦੀ ਪੂਰਤੀ ਨਹੀਂ ਹੁੰਦੀ ਚਾਹੇ 90% ਡਰਾਈ ਮੈਟਰ ਆ ਉਹਨਾਂ ਜਿਆਦਾ ਖਾਣਾ ਨਹੀਂ ਐਨੀਮਲ ਨੇ ਤੂੜੀ ਤੇ ਦੁੱਧ ਉਹਨਾਂ ਪੂਰਾ ਹੋਣਾ ਨਹੀਂ ਵੀਰੇ ਤੁਸੀਂ ਐਂ ਦੇਖੋ ਦੁੱਧ ਜਦੋਂ ਆਪਾਂ ਤੂੜੀ ਪਾਉਣੇ ਆ 1 ਕਿਲੋ ਜਦੋਂ ਆਪਾਂ ਸਾਈਲੇਜ ਤੋਂ ਤੂੜੀ ਤੇ ਆ ਜਾਂਦੇ ਆ ਦੁੱਧ ਘਟਣੀ ਘਟਣਾ ਆਟੋਮੈਟਿਕ ਬਸ ਉਹਦਾ ਬਦਲ ਇਹ ਆ ਜਾਂ ਤਾਂ ਤੁਸੀਂ ਸਾਈਲੇਜ ਮੁੱਲ ਲੈ ਲਓ ਅੱਜ ਦੀ ਘੜੀ 5 ਤੇ 6 ਰੁਪਏ ਦੇ ਵਿੱਚ ਵਿੱਚ ਸਾਈਲੇਜ ਮਿਲ ਰਿਹਾਗਾ ਜਿਨ੍ਹਾਂ ਕੋਲ ਮਿਲ ਰਿਹਾ ਹੈਗਾ ਉੱਥੋਂ ਤੁਸੀਂ ਮੁੱਲ ਲੈ ਸਕਦੇ ਹੋ ਸਾਈਲੇਜ ਮੁੱਲ ਲੈ ਕੇ ਇਹ ਹੋ ਜਾਂਦਾ ਲੈ ਵੀ ਛੋਟੀ ਬਚਤ ਘਟ ਜੂਗੀ ਤਾਂ ਇਹ ਤੁਹਾਡੇ ਖਰਚੇ ਹੀ ਪੂਰੇ ਹੋਣ ਦੁੱਧ ਮੈਂਟੇਨਰ ਰਹੂ ਬਾਡੀ ਵੇਟ ਮੈਂਟੇਨਰ ਰਹੂ ਐਨੀਮਲ ਦਾ ਜਾਂ ਫਿਰ ਤੁਸੀਂ ਕੀ ਕਰੋ ਸਾਈਲੇਜ ਨਹੀਂ ਮੁੱਲ ਲੈ ਸਕਦੇ ਤਾਂ ਤੂੜੀ ਨੂੰ ਥੋੜਾ ਜਿਹਾ ਛਿੱਟਾ ਲਾ ਕੇ ਪਾਣੀ ਗਿੱਲੀ ਕਰਕੇ ਉਹਦੇ ਚ ਫੀਡ ਫੀਡ ਥੋੜੀ ਥੋੜੀ ਫੀਡ ਵਧਾ ਦਿਓ ਫੀਡ ਨਾਲ ਤੁਸੀਂ ਦੁੱਧ ਪ੍ਰਾਪਰ ਲੈ ਸਕਦੇ ਹੋ ਪਰ ਉਹਨਾਂ ਦੁੱਧ ਫਿਰ ਵੀ ਨਹੀਂ ਆਉਂਦਾਗਾ ਕੱਲ ਨੂੰ ਬਾਡੀ ਸਕੋਰ ਵੀ ਡਾਊਨ ਹੋ ਸਕਦਾ ਐਨੀਮਲ ਦਾ ਪਰ ਤੁਸੀਂ ਕੋਈ ਗੱਲ ਨਹੀਂ ਕੀ ਜੇ ਆਪਾਂ ਡੰਗ ਹੀ ਲਾਉਣਾ ਇਹ ਆਪਣਾ ਡੰਗ ਲਾਉਣ ਵਾਲੀ ਗੱਲ ਹੁੰਦੀ ਆ ਪ੍ਰੋਪਰ ਡੈਰੀ ਫਾਰਮਿੰਗ ਵਾਲੀ ਗੱਲ ਨਹੀਂ ਹੁੰਦੀ ਇਹ ਜਦੋਂ ਡੰਗ ਲਾਉਣਾ ਫਿਰ ਆਪਾਂ ਇਹੋ ਜੀਆਂ ਚੀਜ਼ਾਂ ਸੋਚਦੇ ਆ ਲੈ ਵੀ ਆਪਾਂ ਤੂੜੀ ਦੇ ਦਈਏ ਯਾਰ ਤੇ ਗਿੱਲੀ ਕਰਕੇ ਵਿੱਚ ਆਪਾਂ ਥੋੜੀ ਫੀਡ ਪਾ ਕੇ ਲੈ ਵੀ ਡੰਗ ਟਪਾ ਲੀਏ ਬਸ ਇਹ ਐਂ ਦਾ ਫੌਰ ਦਾ ਜਿਹੜੇ ਹੁਣ ਜਿਆਦੇ ਜਿਵੇਂ ਛੋਟੀ ਗਾਂ ਕੋਈ ਸਪੋਜ਼ ਕਰੋ 30 ਲੀਟਰ ਦੁੱਧ ਤੇ ਚੱਲਦੀ ਆ ਤੁਹਾਡੇ ਕੋਲੇ ਸਾਈਲੇਜ ਮੁੱਕ ਗਿਆ ਫਿਰ ਤੁਹਾਡੀ ਗਾਂ ਨੇ ਇੱਕੇ ਲੱਗਤ ਪਹਿਲਾਂ 25 ਤੇ ਫਿਰ 20 ਤੇ ਐ ਦੁੱਧ ਘਟ ਜਾਣਾਗਾ ਜੇ ਤੁਸੀਂ ਮੁੱਲ ਲੈ ਕੇ ਸਾਈਲੇਜ ਪਾ ਲਓਗੇ ਉਹਦਾ ਦੁੱਧ ਮਨਟੇਨ ਰਹੂ ਨਾਏ ਤੁਹਾਨੂੰ ਐ ਪਤਾ ਲੱਗ ਜੂ ਤੁਹਾਡਾ ਐਨੀਮਲ ਕਿੰਨਾ ਦੁੱਧ ਦਿੰਦਾ ਨਾਏ ਤੁਹਾਡੇ ਖਰਚੇ ਦੁੱਧ ਦੇ ਹਿਸਾਬ ਨਾਲ ਚੱਲੀ ਜਾਣਗੇ ਵੀਰੇ ਆਪਾਂ ਦੁੱਧ ਦੇ ਅਕੋਰਡਿੰਗ ਖਰਚਾ ਕਰਨਾਗਾ ਕਿਉਂ ਇੱਕ ਤਾਂ ਆਪਣੇ ਐਨੀਮਲ ਜਦੋਂ ਆਪਾਂ ਨਵਾਂ ਕੰਮ ਸ਼ੁਰੂ ਕਰਦੇ ਆ ਇੱਕ ਤਾਂ ਸਾਰੇ ਐਨੀਮਲ ਆਪਣੇ ਮੁੱਲ ਦੇ ਲਏ ਹੁੰਦੇ ਆ ਜੇ 2-3 ਸਾਲ ਪੁਰਾਣਾ ਡੇਰੀ ਫਾਰਮ ਤੇ ਵੀ ਆਪਣੇ ਐਨੀਮਲ ਜ਼ਿਆਦਾਤਰ ਮੁੱਲ ਦੇ ਹੁੰਦੇ ਆ ਉਹ ਜਿਵੇਂ ਆਪਾਂ ਮੁੱਲ ਦੇ ਐਨੀਮਲ ਲਏ ਹੋਇਆ ਸਾਰੇ ਉਹਦੇ ਅਕੋਰਡਿੰਗ ਕੁਝ ਐਨੀਮਲ ਰਿਪੀਟ ਵੀ ਕਰ ਜਾਂਦੇ ਇੱਕ ਤਾਂ ਉਹ ਦਿੱਕਤ ਆ ਜਾਂਦੀ ਆ ਇਹ ਕਾਏ ਹੁੰਦੇ ਆ ਜਿਵੇਂ ਆਪਾਂ ਸੋਚ ਕੇ ਲੈਨੇ ਆ 30 ਆਲਾ 25 ਦੁੱਧ ਦਿੰਦਾਗਾ ਪੂਰਾ ਦੁੱਧ ਨਹੀਂ ਦੇ ਪਾਉਂਦੇ ਮੈਂ ਉਹੀ ਗੱਲ ਕਹਿਣਾ ਹੁੰਨਾ ਜਨਾ ਚੱਕਰ ਆਪਣੇ ਫਾਰਮ ਤੇ ਬਰੀਡ ਨਹੀਂ ਬੰਦੀ ਉਹਨਾਂ ਚੱਕਰ ਡੇਰੀ ਫਾਰਮ ਦੇ ਵਿੱਚ ਜੇ ਆਪਾਂ ਸਰਵਾਈਵ ਵੀ ਰਹਿ ਰਹੇ ਆ ਜਾਂਉਂਦੇ ਹੀ ਰਹਿ ਰਹੇ ਆ ਤਾਂ ਵਧੀਆਗਾ ਆਕਸੋਕ ਤਾਂ ਆਉਂਦੀ ਹੁੰਦੀ ਆ ਹਰੇਕ ਕੰਮ ਦੇ ਵਿੱਚ ਜਦੋਂ ਤਾਂ ਆਪਾਂ ਤਾਜ਼ੇ ਐਨੀਮਲ ਨਵੇਂ ਲੈ ਕੇ ਪਾਲੇ ਉਦੋਂ ਤਾਂ ਆਪਣਾ ਇਨਕਮ ਪੂਰੀ ਆਉ ਕਿਉਂ ਦੁੱਧ ਤਾਜ਼ਾ ਹੁੰਦਾਗਾ ਦੁੱਧ ਪੂਰਾ ਹੁੰਦਾ ਆਪਣੇ ਕੋਲੇ ਖਾਣ ਪੀਣ ਦਾ ਇੰਤਜ਼ਾਮ ਪੂਰਾ ਕਰਿਆ ਹੁੰਦਾ ਹੌਲੀ ਹੌਲੀ ਕੀ ਹੁੰਦਾ ਜਦੋਂ 4 5 6 ਮਹੀਨੇ ਲੰਘ ਜਾਂਦੇ ਆ ਆਪਣੇ ਕੋਲ ਇੱਕ ਤਾਂ ਉਹਨਾਂ ਦਾ ਸਾਈਲੇਜ ਵਗੈਰਾ ਖਾਣ ਪੀਣ ਜਿਹੜਾ ਸਟੋਰ ਕਰਿਆ ਸੀ ਉਹ ਖਤਮ ਹੋਣ ਲੱਗ ਜਾਂਦਾ ਤੂੜੀ ਵੀ ਲਵੇ ਲੱਗ ਜਾਂਦੀ ਆ ਤੂੜੀ ਵੀ ਬਹੁਤ ਮਹਿੰਗੀ ਆ ਸਾਈਲੇਜ ਵੀ ਮੁੱਕ ਜਾਂਦਾਗਾ ਫੇਰ ਆਪਾਂ ਕੱਲੀ ਫੀਡ ਰਹਿ ਜਾਂਦੀ ਆ ਫੀਡ ਤੇ ਨਿਰਭਰ ਰਹਿ ਜਾਂਨੇ ਆ ਜੇ ਆਪਾਂ ਨੇਰਾ ਹਰਾ ਪਾਉਨੇ ਆ ਫੇਰ ਵੀ ਦਿੱਕਤਾਂ ਆਉਂਦੀਆਂ ਐनिमल ਨੂੰ ਮੋਕ ਵਗੈਰਾ ਲੱਗ ਜਾਂਦੀ ਆ ਅੱਜ ਕੱਲ੍ਹ ਆਗੇ ਜਦੋਂ ਥੋੜੀ ਜੀ ਗਰਮੀ ਹੋਰ ਪੈ ਗਈ ਫੇਰ ਹਰੇ ਦੀ ਸ਼ੋਰਟੇਜ ਵੀ ਸ਼ੁਰੂ ਹੋ ਜਾਣੀ ਆ ਵੀਰੇ ਫੇਰ ਇਹ ਕਈ ਪ੍ਰੋਬਲਮਾਂ ਆ ਜਾਂਦੀਆਂ ਇਹ ਪ੍ਰੋਬਲਮਾਂ ਤੋਂ ਬਚਣ ਵਾਸਤੇ ਇਹਦਾ ਸੋਲੂਸ਼ਨ ਤਾਂ ਇਹੀ ਐ ਲਵੀ ਪਹਿਲਾਂ ਹੀ ਆਪਾਂ ਇੰਤ ਪਹਿਲਾਂ ਹੀ ਆਪਾਂ ਪੂਰਾ ਸਾਈਲੇਜ ਪਾ ਲਈਏ ਲੱਭੀ ਆਪਾਂ ਨੂੰ ਤੋੜ ਨਾ ਪਵੇ ਤੁਸੀਂ ਐਂ ਦੇਖ ਕੇ ਮੰਨ ਕੇ ਚੱਲਿਆ ਕਰੋ ਲੱਭੀ ਦੋ گاਵਾ ਇੱਕ ਕਿੱਲਾ ਆਪਣਾ ਜਿਹੜਾ ਵਧੀਆ ਫਸਲ ਹੁੰਦੀ ਆ ਮੱਕੀ ਦੀ ਦੋ گاਵਾ ਵਾਸਤੇ ਸਾਲ ਪਰ ਇੱਕ ਕਿੱਲੇ ਇੱਕ ਕਿੱਲਾ ਚੱਲਦਾ ਵੀਰੇ ਉਹਦੇ ਅਕੋਰਡਿੰਗ ਤੁਸੀਂ ਸਾਈਲੇਜ ਪਾਇਆ ਕਰੋ ਫਿਰ ਆਪਣੇ ਨਾਲ ਨਾਲ ਬੱਚਿਆਂ ਵੀ ਗਰੋਥ ਹੁੰਦੀਆਂ ਆਗੀਆਂ ਜੇ ਥੋੜੀਆਂ ਤਿੰਨ ਚਾਰ ਬੱਚਿਆਂ ਹੋ ਜਾਂਦੀਆਂ ਗਰੋਥ ਹੋ ਜਾਂਦੀਆਂ ਗੱਬੜ ਹੋ ਜਾਂਦੀਆਂ ਉਦੋਂ ਦਾ 10 ਤੋਂ 15 ਕਿਲੋ ਹੀ ਖਾਣਾ ਹੁੰਦਾ ਉਸ ਤੋਂ ਬਾਅਦ ਉਹਨਾਂ ਦਾ ਸਾਈਲੇਜ ਐਂ ਟੇਕ ਬਦਲਾ ਹੁੰਦਾ ਅਗਲੇ ਸਾਲ ਆ ਕੇ ਉਹਨਾਂ ਨੂੰ ਵੀ ਵਿੱਚ ਕਾਊਂਟ ਕਰਿਆ ਕਰੋ ਤੁਸੀਂ ਉਹਨਾਂ ਨੂੰ ਵਿੱਚ ਕਾਊਂਟ ਕਰਕੇ ਪੂਰਾ ਸਾਲ ਭਰਦਾ ਆਪਦਾ ਸਾਇਲੈਂਸ ਸਟੋਰ ਕਰਿਆ ਕਰੋ ਫਿਰ ਨਾਲ ਦੀ ਨਾਲ ਆਉਂਦੀ ਹੈ ਰਿਪੀਟਿੰਗ ਦੀ ਸਮੱਸਿਆ ਇੱਕ ਅੱਦੇ ਐਨੀਮਲ ਦੀ ਰਿਪੀਟਿੰਗ ਦੀ ਸਮੱਸਿਆ ਆਉਂਦੀ ਹੁੰਦੀ ਹੈ ਜਿਵੇਂ ਸਪੋਜ਼ ਕਰ ਮੈਂ 5 ਗਾਵਾਂ ਦਾ ਫਾਰਮ ਸ਼ੁਰੂ ਕਰਿਆ ਮੇਰੇ ਫਾਰਮ ਤੇ 2 ਗਾਵਾਂ ਜਾਂ 1 ਗਾਂ ਰਿਪੀਟ ਹੋ ਗਈ ਅਗਲੇ ਸਾਲ ਤਾਂ ਮੇਰੇ ਕੋਲੇ 5 ਗਾਵਾਂ ਹੀ ਰਹਿਣਗੀਆਂ ਨਾ ਪਹਿਲੇ ਸਾਲ ਤੇ ਦੂਜੇ ਸਾਲ ਤਾਂ 5 ਹੀ ਰਹਿਣਗੀਆਂ ਤੀਜੇ ਸਾਲ ਜਾ ਕੇ ਆਪਣੇ ਕੋਲੇ ਬੱਚੀਆਂ ਰਲਣਗੀਆਂ ਦੂਜੇ ਸਾਲ ਜੇ 5 ਗਾਵਾਂ ਦੇ ਵਿੱਚੋਂ ਇੱਕ ਜਾਂ ਦੋ ਰਿਪੀਟ ਕਰ ਗਈਆਂ ਉਹ ਰਿਪੀਟ ਕਰਨਾ ਆਪਣਾ ਦੁੱਧ ਘਟ ਜਾਣਾ ਵੀਰੇ ਯਾਰ ਦੁੱਧ ਤਿੰਨ ਗਾਵਾਂ ਦੇ ਰਹਿ ਜੂ ਆਪਣੇ ਕੋਲੇ ਆਪਾਂ ਉਸ ਹਾਵਣਾ ਚੱਲੀਏ ਜੇ ਆਪਾਂ ਤਿੰਨ ਗਾਵਾਂ ਦਾ ਦੁੱਧ ਹੋਊਗਾ ਨਾਲ ਆਪਾਂ ਆਪਦੇ ਫਾਰਮ ਤੇ ਉਹ ਦੋ ਰਿਪੀਟ ਗਾਵਾਂ ਰੱਖੀ ਬੈਠੇ ਆ ਇੱਕ ਗਾਂ ਰੱਖੀ ਬੈਠੇ ਆ ਇੱਕ ਗਾਂ ਨੇ ਇੱਕ ਗਾਂ ਦਾ ਫੇਰ ਖਾ ਜਾਣਾ ਵੀਰੇ ਜੇ ਆਪਣੇ ਫਾਰਮ ਤੇ ਪੰਜ ਗਾਵਾਂ ਸੀ ਦੋ ਰਿਪੀਟ ਕਰ ਲਈਆਂ ਤਾਂ ਸਮਝ ਲਓ ਅਗਲੇ ਸਾਲ ਆਪਣੇ ਕੋਲੇ ਇੱਕ ਗਾਂ ਦਾ ਦੁੱਧ ਹੀ ਰਹਿ ਜੂ ਦੋ ਰਿਪੀਟਰ ਦੋ ਗਾਵਾਂ ਦਾ ਖਾਣਾ ਖਾਣਾ ਸ਼ੁਰੂ ਕਰ ਦਿੰਦੀਆਂ ਗਈਆਂ ਆਪਣੇ ਕੋਲੇ ਇੱਕ ਗਾਂ ਦੀ ਇਨਕਮ ਰਹਿ ਜਾਣੀ ਆ ਤੁਸੀਂ ਆਪਾਂ ਖਰਚਾ ਪੰਜ ਗਾਵਾਂ ਤੇ ਕਰ ਰਹੇ ਹੁੰਨੇ ਆ ਤੁਸੀਂ ਇਹ ਦੇਖ ਲਿਆ ਕਰੋ ਲਵੀ ਆਪਣਾ ਖਰਚਾ ਬਹੁਤ ਹੋ ਜਾਂਦਾ ਜੇ ਮੈਂ ਮੈਂ ਆਪਦੇ ਫਾਰਮ ਦੇ ਮੈਂ ਆਪਦੇ ਅਕੋਰਡਿੰਗ ਦੱਸ ਰਿਹਾ ਤੁਹਾਨੂੰ ਜੇ ਮੇਰੇ ਫਾਰਮ ਤੇ ਮੈਂ ਕੋਈ 5 ਗਾਵਾਂ ਲੱਖ ਲੱਖ 1.5 1.5 ਲੱਖ ਰੁਪਏ ਦੀਆਂ 5 ਗਾਵਾਂ ਪਾਲੀਆਂ ਜੇ ਮੈਂ ਆਦੇ ਫਾਰਮ ਤੇ ਜੇ ਇੱਕ ਰਿਪੀਟ ਕਰ ਗਈ ਉਹ ਰਿਪੀਟ ਗਾਵਾਂ ਮੈਂ ਉਹਦੇ ਫਾਰਮ ਤੇ ਨਹੀਂ ਰੱਖੂੰਗਾ ਚਾਹੇ ਮੈਨੂੰ 10000 ਚ ਦੇਣੀ ਪਵੇ ਮੈਂ ਕਿਸੇ ਨੂੰ ਦੇ ਦੂੰਗਾ ਵੀਰੇ ਉਹ ਆ ਇਹ ਆਪਾਂ ਨੂੰ ਮਨ ਮਾਰ ਕੇ ਉਹ ਕਰਨੇ ਪਊਗਾ ਜੇ ਆਪਾਂ ਇਹ ਸਿਸਟਮ ਨਾਲ ਚੱਲਾਂਗੇ ਲਵੀ ਆਏ ਨਹੀਂ ਹੁੰਦਾ ਲਵੀ ਟੋਟਲੀ ਜੇ ਆਪਾਂ ਨੂੰ ਪੂਰੀ ਨੌਲੇਜ ਹੈ ਡੈਰੀ ਫਾਰਮ ਦੇ ਪ੍ਰਤੀ ਆਇ ਨਹੀਂ ਹੁੰਦਾ ਲ ਵੀ ਆਪਣੀਆਂ ਸਾਰੀਆਂ ਗਾਵਾਂ ਹੀ ਆਪਾਂ ਨੂੰ ਖਰਾਬ ਕਰਨੀਆਂ ਇਹ ਕਦੇ ਵੀ ਨਹੀਂ ਹੁੰਦਾਗਾ ਜਦੋਂ ਆਪਾਂ ਖਰਾਬ ਗਾਵਾਂ ਨੂੰ ਆਪਾਂ ਆਪਦੇ ਫਾਰਮ ਤੇ ਰੱਖ ਲੈਨੇ ਆ ਲੌਂਗ ਟਾਈਮ ਰੱਖ ਲੈਨੇ ਆ ਦੁੱਧ ਦੇਣ ਨੂੰ ਹਟ ਜਾਂਦੇ ਆ ਫਿਰ ਵੀ ਆਪਾਂ ਫਾਰਮ ਤੇ ਰੱਖੀ ਰੱਖਦੇ ਆ ਫਿਰ ਇਹਦਾ ਲੌਸ ਹੁੰਦਾਗਾ ਸਟਾਰਟਿੰਗ ਦੇ ਵਿੱਚ ਇੰਨਾ ਜਿਆਦਾ ਲੌਸ ਹੁੰਦਾ ਅਗਲੀ ਵੇ ਆਪਣਾ ਮਨ ਅੱਕ ਜਾਂਦਾ ਆਪਾਂ ਕੰਮ ਕਰਨ ਨੂੰ ਇੰਟਰਸਟ ਲੈਣ ਨੂੰ ਹਟ ਜਾਂਦੇ ਆ ਕਿਉਂ ਬਜਦਾ ਕੁਝ ਹੁੰਦਾ ਨਹੀਂਗਾ ਉਦੋਂ ਫਿਰ ਆਪਣਾ ਇੰਟਰਸਟ ਹੀ ਸਾਰਾ ਘਟ ਜਾਂਦਾ ਲ ਵੀ ਕੰਮ ਦੇ ਵਿੱਚ ਚਾਹਾਂ ਇੰਟਰਸਟ ਘਟ ਜਾਂਦਾ ਵੀਰੇ ਇਹ ਚੀਜ਼ਾਂ ਤੋਂ ਬਚਣ ਵਾਸਤੇ ਤੁਹਾਨੂੰ ਪ੍ਰੋਪਰ ਪ੍ਰੋਪਰ ਨੌਲੇਜ ਲੈ ਕੇ ਕੰਮ ਸ਼ੁਰੂ ਕਰਨਾ ਚਾਹੀਦਾ ਪ੍ਰੋਪਰ ਨੌਲੇਜ ਦਾ ਇਨਸੈਂਸ ਲ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਆਪਾਂ ਕੀ ਦੇਣਾ ਐ ਐਨੀਮਲ ਨੂੰ ਫੀਡਿੰਗ ਵਗੈਰਾ ਪ੍ਰੋਪਰ ਦੇਣੀ ਚਾਹੀਦੀ ਆ ਇਹ ਆਪਾਂ ਪ੍ਰੋਪਰ ਕਈ ਫਾਰਮਰ ਕੀ ਕਰਦੇ ਆ ਪ੍ਰੋਪਰ ਫੀਡਿੰਗ ਵੀ ਕਰਦੇ ਆ ਸਾਰਾ ਕੁਝ ਵੀ ਕਰਦੇ ਆ ਫੇਰ ਵੀ ਕਹਿੰਦੇ ਯਾਰ ਸਾਡੇ ਐਨੀਮਲ ਰਹਿੰਦੇ ਨਹੀਂ ਹੋ ਸਕਦਾ ਕੋਈ ਕਿਸੇ ਐਨੀਮਲ ਦੀ ਹੈਬਿਟੀ ਹੋਵੇ ਸਾਲ ਬਾਦ ਰਹਿਣਾ ਹੋਵੇ ਉਹਦਾ ਸੌ ਚੋਂ ਇੱਕ ਅੱਧਾ ਹੀ ਹੁੰਦਾ ਬਾਕੀ ਇਨਫੈਕਸ਼ਨ ਵਗੈਰਾ ਹੁੰਦੀ ਆ ਉਹ ਡਾਕਟਰੀ ਦੱਸ ਸਕਦਾ ਪ੍ਰੋਪਰ ਲੈ ਵੀ ਕੀ ਪ੍ਰੋਬਲਮ ਆ ਰਹੀ ਆ ਉਹਨੂੰ ਜਦੋਂ ਆਪਾਂ 5-6 ਵਾਰ ਉਹਦਾ ਟਰੀਟਮੈਂਟ ਕਰਾ ਲੈਨੇ ਆ ਉਦੋਂ ਬਾਅਦ ਵੀ ਰਹਿੰਦਾ ਨਹੀਂ ਐਨੀਮਲ ਆਪਣੇ ਫਾਰਮ ਦੇ ਉੱਪਰ ਫੇਰ ਆਪਾਂ ਨੂੰ ਕੀ ਕਰਨਾ ਚਾਹੀਦਾ ਜੇ ਦੁੱਧ ਦੇ ਰਿਹਾ 10 20 ਕਿਲੋ ਹੋ ਸਪੋਜ਼ ਕਰੋ ਆਪਾਂ ਟਰੀਟਮੈਂਟ ਕਰਾਉਂਦੇ ਕਹਿੰਦੇ 10 ਕਿਲੋ ਦੁੱਧ ਤੇ ਆ ਗਿਆ ਉਹ 10 ਕਿਲੋ ਦੁੱਧ ਤੇ ਸੇਲ ਹੋ ਜੂਗਾ ਆਪਾਂ ਨੂੰ ਘੱਟ ਪੈਸੇ ਬਤਾ ਦੂਗਾ ਤੁਸੀਂ ਉਹਨੂੰ ਸੇਲ ਕਰ ਦਿਓ ਉਹਨੂੰ ਵੇਚ ਦਿਓ ਵੀਰੇ ਯਾਰ ਜੇ ਆਪਾਂ ਫਾਰਮ ਤਰੱਕੀ ਵੱਲ ਲੈ ਕੇ ਜਾਣਾ ਜੇ ਉਹੀ ਐਨੀਮਲ ਤੁਸੀਂ ਪਾਵਾ ਤੁਹਾਡੇ ਕੋਲ 40 ਲੀਟਰ ਸਟਾਰਟਿੰਗ ਦੁੱਧ ਦਿੰਦਾ ਸੀਗਾ ਰਿਪੀਟ ਕਰ ਗਿਆ ਤੁਹਾਡੇ ਕੋਲੇ ਤੁਸੀਂ 2 ਸਾਲ ਆਪਦੇ ਫਾਰਮ ਦੇ ਸਾਲ ਪਰ ਬਿਨਾਂ ਦੁੱਧ ਤੋਂ ਬੰਨ ਲਿਆ ਉਹ ਐਨੀਮ ਖਰਚਾ ਹੀ ਖਾਣਾ ਉਹਨੇ ਥੋੜੀ ਇਨਕਮ ਘਟਾਊਗਾ ਉਹ ਐਨੀਮਲ ਬਹੁਤ ਜਿਆਦੇ ਲਾਸ ਵੱਲ ਲੈ ਜਾਊਗਾ ਤੁਹਾਡੇ ਫਾਰਮ ਨੂੰ ਇੱਕ ਐਨੀਮਲ ਇੱਕ ਗਾਂ ਵੀ ਆਪਣੇ ਫਾਰਮ ਤੇ ਹੁੰਦੀ ਆ ਤੁਸੀਂ ਐਂ ਦੇਖ ਲਿਆ ਕਰੋ ਇੱਕ ਗਾਂ ਵੀ ਆਪਣੇ ਫਾਰਮ ਤੇ ਆ ਜਿਹੜੀ ਆਪਾਂ ਨੂੰ ਬਹੁਤ ਜਿਆਦੇ ਲਾਸ ਕਰ ਦਿੰਦੀ ਆ ਜਿਹੜੀ ਰਿਪੀਟਰ ਗਾਂ ਹੋਵੇ ਦੁੱਧ ਨਾ ਦਿੰਦੀ ਹੋਵੇ ਕੋਈ ਵੀ ਗਾਂ ਆਪਾਂ ਦੁੱਧ ਵਾਲੇ ਬਿਨਾ ਦੁੱਧ ਤੋਂ ਬਣ ਲੈਨੇ ਆ ਬਹੁਤ ਲਾਸ ਕ ਹੋ ਜਾਂਦਾ ਆਪਣਾ ਹੁਣ ਤੁਸੀਂ ਬੱਚਿਆਂ ਦੇ ਆ ਜਾਓ ਜਦੋਂ ਆਪਾਂ ਬੱਚਿਆਂ ਪਾਲਦੇ ਆ ਬੱਚੀ ਕੋਈ ਵੱਡੀ ਹੋ ਜਾਂਦੀ ਆ ਆਪਣੇ ਕੰਸੀਵ ਨਹੀਂ ਕਰਦੀ 2 ਸਾਲਾਂ ਵਿੱਚ ਆਪਣੇ ਫਾਰਮ ਤੇ ਬੱਚਾ ਦੇਣਾ ਚਾਹੀਦਾ ਬੱਚੀ ਨੂੰ ਜਿਹੜੀ ਵੀ ਕਫ ਹੋਊਗੀ ਜਿਵੇਂ ਹਾਈਫਰ ਬਣ ਜਾਂਦੇ ਆ ਵੱਡੀਆਂ ਹੋ ਜਾਂਦੀਆਂ ਕਫ ਹਾਈਫਰ ਬਣ ਜਾਂਦੇ ਆ ਉਹ 2 ਸਾਲ ਦੇ ਵਿੱਚ ਆਪਣੇ ਫਾਰਮ ਤੇ ਸੂਣਾ ਚਾਹੀਦਾ ਉਹਨਾਂ ਨੂੰ ਜੇ 2 ਸਾਲ ਤੋਂ ਉੱਤੇ ਟਾਈਮ ਲੈਂਦੇ ਆ ਤਾਂ ਸਮਝੋ ਆਪਣੇ ਫਾਰਮ ਦੀ ਇਨਕਮ ਘਟਾ ਰਹੀਆਂ ਉਹ ਇਹ ਗੱਲ ਸੁਣ ਧਿਆਨ ਚ ਰੱਖੋ ਇੱਕ ਤਾਂ ਇਹ ਕੁਦਰਤੀ ਗੱਲ ਆ ਮੈਂ ਵੀ ਜਦੋਂ ਕੰਮ ਸ਼ੁਰੂ ਕਰਤਾ ਹੁੰਦਾ ਸੀ ਪਹਿਲਾਂ ਸਟਾਰਟਿੰਗ ਦੇ ਵਿੱਚ ਜਦੋਂ ਮੇਰੇ ਫਾਰਮ ਦੇ ਉੱਪਰ ਗਾਵਾਂ ਵਗੈਰਾ ਕੋਈ ਰਿਪੀਟ ਕਰ ਜਾਂਦੀ ਮੈਂ ਵੀ ਉਹਨੂੰ ਫਾਰਮ ਤੇ ਹੀ ਰੱਖਦਾ ਸੀ ਸੇਲ ਨਹੀਂ ਕਰਦਾ ਸੀ ਉਹ ਦੂਜਿਆਂ گاਵਾਂ ਦਾ ਵੀ ਖਾ ਜਾਂਦੀਆਂ ਸੀ ਲੌਸ ਬਹੁਤ ਹੁੰਦਾ ਸੀ ਵੀਰੇ ਹੌਲੀ ਹੌਲੀ ਜਦੋਂ ਦਿਮਾਗ 'ਚ ਗੱਲ ਵੱੜ ਗਈ ਚਾਹੇ ਆਪਾਂ ਲੱਖ ਦੀ ਲਈ ਆ ਡੇਢ ਦੀ ਗਾਂ ਲਈ ਆ ਜੇ ਰਿਪੀਟ ਕਰਦੇ ਆ ਲੈ ਵੀ ਉਹਨੂੰ ਸੇਲ ਕਰੋ ਉਹਨੂੰ ਰੱਖੋ ਨਾ ਜ਼ਰੂਰੀ ਆ ਇਹ ਆਪਦੇ ਫਾਰਮ ਤੇ ਕਰਨਾ ਉਦੋਂ ਵਾਰ ਬੱਚੀ ਆ ਬੱਚੀ ਵੀ ਜੇ ਕੋਈ ਆਪਣੇ ਫਾਰਮ ਤੇ ਨਹੀਂ ਕਨਸੀਵ ਕਰ ਰਹੀ ਆਪਾਂ ਉਹ 2 ਸਾਲ ਤੋਂ ਸਾਲ ਦੇ ਵਿੱਚ ਵਿੱਚ ਇੱਕ ਸਾਲ ਦੇ 15 ਮਹੀਨੇ ਡੇਢ ਸਾਲ ਵਿੱਚ ਉਹਨੂੰ ਰਹਿਣਾ ਚਾਹੀਦਾਗਾ ਕੋਸ਼ਿਸ਼ ਕਰਿਆ ਕਰੋ ਡੇਢ ਸਾਲ ਸਾਲ ਤੋਂ ਲੈ ਕੇ 15 ਮਹੀਨਿਆਂ ਦੇ ਵਿੱਚ 12 ਤੋਂ 15 ਮਹੀਨਿਆਂ ਦੇ ਵਿੱਚ ਵਿੱਚ ਆਪਣੀ ਬੱਚੀ ਖੱਬਣ ਹੋਣੀ ਚਾਹੀਦੀ ਹੈ ਫਾਰਮ ਤੇ ਉਦੋਂ ਜਿਹੜੀ ਜ਼ਿਆਦਾ ਟਾਈਮ ਲੈ ਰਹੀ ਹੈ ਤਾਂ ਸਮਝ ਲਓ ਆਪਣਾ ਖਰਚਾ ਖਾਊਗੀ 2.5 ਸਾਲ ਤੋਂ ਪਹਿਲਾਂ ਪਹਿਲਾਂ ਆਪਣੇ ਫਾਰਮ ਤੇ ਬੱਚੀ ਨੂੰ ਬੱਚਾ ਦੇ ਦੇਣਾ ਚਾਹੀਦਾ ਦੁੱਧ ਆ ਜਾਣਾ ਚਾਹੀਦਾ ਆਪਣੇ ਫਾਰਮ ਤੇ ਤਾਂ 2 ਸਾਲ ਤੋਂ ਪਹਿਲਾਂ ਪਹਿਲਾਂ 2 ਸਾਲ ਤੋਂ ਪਹਿਲਾਂ ਕੋਸ਼ਿਸ਼ ਹੋਵੇ ਆਪਣੇ ਫਾਰਮ ਤੇ ਦੋ ਦਾ ਵੱਧ ਤੋਂ ਵੱਧ ਚਲ 24 2 ਸਾਲ ਤੋਂ 3-4 ਮਹੀਨੇ ਉੱਪਰ ਵੀ ਹੋ ਸਕਦੇ ਆ ਕੋਈ ਵੱਡੀ ਗੱਲ ਨਹੀਂ ਗਈ ਪਰ ਆਇਆ ਨਾ ਹੋਵੇ ਲਵੀ ਆਪਣੇ ਫਾਰਮ ਤੇ ਤਿੰਨ ਤਿੰਨ ਸਾਲ ਦੀਆਂ ਬੱਚੀਆਂ ਆਪਾਂ ਬੰਨੀ ਬੈਠੇ ਆ ਜੇ ਗੱਬਣੀਆਂ ਹੋਈਆਂ ਉਹਨੇ ਪੱਠੇ ਖਾਣੇ ਆ ਤੂੜੀ ਖਾਣੇ ਆ ਜੇ ਆਪਾਂ ਫੀਡ ਵੀ ਨਾ ਪਾਉਂਦੇ ਇਕੱਲੇ ਪੱਠੇ ਤੂੜੀ ਤੇ ਮਿਲਨ ਨਾਲ ਮਿਕਸਚਰ ਪਾ ਰਹੇ ਤਾਂ ਵੀ ਆਪਣਾ ਖਰਚਾ ਬਹੁਤ ਹੋ ਜਾਂਦਾ ਵੀਰ ਕਦੇ ਨੋਟ ਕਰਕੇ ਦੇਖ ਲਿਆ ਕਰੋ ਕਾਪੀ ਤੇ ਸਾਇਲਜ ਦਾ ਰੇਟ ਲਾ ਲਿਆ ਕਰੋ ਤੂੜੀ ਦਾ ਰੇਟ ਲਾ ਲਿਆ ਕਰੋ ਮਿਲਨ ਨਾਲ ਮਿਕਸਚਰ ਦਾ ਰੇਟ ਲਾ ਲਿਆ ਕਰੋ ਫਿਰ ਆਪਾਂ ਨੂੰ ਫੀਡ ਤਾਂ ਪਾਉਣੀ ਪੈਂਦੀ ਆ ਬੱਚੀਆਂ ਨੂੰ ਜੇ ਆਪਾਂ ਗ੍ਰੋਥ ਕਰਨੀਆਂ ਉਹਦਾ ਖਰਚਾ ਲਾ ਲਿਆ ਕਰੋ ਫਿਰ ਸਮਾਈ ਦਾ ਖਰਚਾ ਲਾ ਲਿਆ ਕਰੋ ਬਿਜਲੀ ਦਾ ਖਰਚਾ ਲ ਕੋਸ਼ਿਸ਼ ਜਦੋਂ ਆਪਾਂ ਡੇਰੀ ਫਾਰਮ ਸ਼ੁਰੂ ਕਰ ਲੈ ਕੋਸ਼ਿਸ਼ ਆਪਣੀ ਇਹ ਹੋਣੀ ਚਾਹੀਦੀ ਹੈ ਮੈਂ ਹਰੇਕ ਵੀਡੀਓ ਦੇ ਵਿੱਚ ਕਹਿਣਾ ਉਹਨਾਂ ਸਾਲ ਦੇ ਵਿੱਚ ਇੱਕ ਬੱਚਾ ਹੋਣਾ ਚਾਹੀਦਾ ਆਪਣੇ ਫਾਰਮ ਤੇ ਉਪਰ ਚਾਹੇ ਬੱਚੀ ਹੋ ਜੇ ਚਾਹੇ ਬੱਚਾ ਹੋ ਜੇ ਸਾਲ ਦੇ ਵਿੱਚ ਆਪਣੇ ਫਾਰਮ ਤੇ ਆਉਣੀ ਚਾਹੀਦੀ ਹੈ ਜੇ ਇਹ ਸਿਸਟਮ ਆਪਣੇ ਫਾਰਮ ਤੇ ਬਣ ਜਾਂਦਾ ਜਿਹੜੇ ਨਵਾਂ ਫਾਰਮ ਸ਼ੁਰੂ ਕਰਦੇ ਆ ਕਦੇ ਵੀ ਫਾਰਮਰ ਫੇਲ ਨਹੀਂ ਹੁੰਦਾ ਵੀਰੇ ਆਪਣੇ ਕੋਲ ਸੰਦੀਪ ਦੇ ਫਾਰਮ ਨੇ ਮੈਂ ਕਈ ਵੀਡੀਓ ਕਰੀਆਂ ਆਪਣੇ ਨੇੜੇ ਹੀ ਆ ਫਾਰਮ ਇਹੇ ਉਹ ਫਾਰਮ ਦੇ ਉੱਪਰ ਰਿਪੀਟ ਦੀ ਸਮੱਸਿਆ ਕੁਦਰਤੀ ਤੌਰ ਤੇ ਨਹੀਂ ਆਈ ਮੈਂ ਇਹ ਆਈ ਕਰੀ ਆ ਉਹਦੇ ਫਾਰਮ ਤੇ ਜ਼ਿਆਦਾਤਰ ਉਹਦੇ ਫਾਰਮ ਦਾ ਬੈਲ ਆ ਉਹ ਬਹੁਤ ਵਧੀਆ ਮੈਂਟੇਨ ਹੋਇਆ ਵੀਰੇ ਉਹਨੇ ਕੀ ਕਰਿਆ ਸੀ ਪਹਿਲੇ ਸਾਲ ਜਦੋਂ ਗਾਵਾਂ ਪਾਈਆਂ ਤਿੰਨ ਨਾਲ ਉਹਨੇ ਦੋ ਬੱਚੀਆਂ ਵਾਇ ਕਰੀਆਂ ਸੀਗੀਆਂ ਦੂਜੇ ਸਾਲ ਉਹਦੇ ਕੋਲੇ ਪੰਜ ਐਨੀਮਲ ਹੋ ਗਏ ਇੱਕ ਦਾ ਰਿਪੀਟ ਨਹੀਂ ਕਰੀ ਉਹਦੀ ਕੋਈ ਗਾਂ ਦੋ ਬੱਚੀਆਂ ਰਲ ਗਈਆਂ ਐ ਵਾਧਾ ਹੋ ਜਾਂਦਾ ਫਾਰਮ ਦੇ ਉੱਪਰ ਆ ਤੀਜੇ ਸਾਲ ਜਿਹੜੀਆਂ ਬੱਚੀਆਂ ਮਗਰ ਆਈਆਂ ਸੀ ਉਹਨਾਂ ਨੇ ਸੈਕਸਡ ਸੀਮਨ ਲਾਇਆ ਸੀਗਾ ਉਹ ਤਿਆਰ ਹੋ ਗਈਆਂ ਚਾਰ-ਚਾਰ ਬੱਚਿਆਂ ਕਰਕੇ ਹੁਣ ਉਹਦੇ ਕੋਲੇ ਜਿੰਨੇ ਐਨੀਮਲ ਆ ਸਾਰਿਆਂ ਦੇ ਉਹਨੇ ਲਗਭਗ 7-8 ਐਨੀਮਲਾਂ ਦੇ 10 ਐਨੀਮਲਾਂ ਤੇ ਮੇਰੇ ਲੱਗਦਾ 66 ਸੀਮਣ ਭਰਾਇਆ ਹੋਇਆ ਹੈਗਾ ਉਹਨੂੰ ਇੰਨਾ ਤਾਂ ਕਨਫਰਮ ਮੰਨ ਲਵੀ ਮੇਰੇ ਫਾਰਮ ਦੇ ਉੱਪਰ 10 ਬੱਚਿਆਂ ਦਾ ਮੇਰੇ ਫਾਰਮ ਤੇ ਆਉਣਗੀਆਂ ਫਿਰ ਆਪਦੀ ਬਰੀਡ ਤਾਂ ਇਸ ਤਰ੍ਹਾਂ ਹੀ ਤਿਆਰ ਹੋਊਗੀ ਬਾਈ ਫਿਰ ਕਈ ਵਾਰ ਆਪਾਂ ਐ ਹੁੰਦਾ ਲੈ ਵੀ ਐਨੀਮਲ ਆਪਾਂ ਫਾਰਮ ਤੇ ਲੈ ਆਂਦੇ ਆ ਆਪਾਂ ਐਨੀਮਲ ਹੈਗੀ ਆਪਣੇ ਕੋਲੇ ਆਪਾਂ 66 ਸੀਮਣ ਭਰਾਈ ਜਾਂਦੇ ਆ ਉਹਦੇ ਉਹ ਵਾਰੀ-ਵਾਰੀ ਰਿਪੀਟ ਕਰੀ ਜਾਂਦਾ ਆਪਣੇ ਫਾਰਮ ਤੇ ਜਦੋਂ 66 ਸੀਮਣ ਭਰਾ ਰਹੇ ਆ ਆਪਾਂ ਉਹਦੇ ਤੇ ਵਾਰੀ-ਵਾਰੀ ਰਿਪੀਟ ਕਰ ਰਹੇ ਆ ਜ਼ਰੂਰੀ ਨਹੀਂ ਫਿਰ ਆਪਾਂ ਉਹਨੂੰ ਸੈਕਸਡ ਸੀਮਨ ਭਰਾਓ ਉਹਨੂੰ ਕਨਵੈਨਸ਼ਨਲ ਸੀਮਨ ਲਾ ਲਓ ਨਾਨ ਸੈਕਸਡ ਸੀਮਨ ਹੁੰਦਾ ਜਿਹੜਾ ਉਹ ਯੂਜ਼ ਕਰੋ ਆਪਦੇ ਫਾਰਮ ਤੇ ਫਿਰ ਉੱਥੇ ਝਾੜ ਛੱਡ ਦੋ ਲੋ ਵੀ ਬੱਚਾ ਆਵੇ ਚਾਹੇ ਬੱਚੀ ਆਈ ਆਪਾਂ ਦੁੱਧ ਵੀ ਲੈਣਾ ਐ ਐਨੀਮਲਾਂ ਤੋਂ ਕੱਲਾ ਬੱਚੀਆਂ ਮਗਰ ਵੀ ਨਹੀਂ ਜਾਣਾ ਕੱਲਾ ਵੀ ਟੋਟਲੀ ਆਪਾਂ ਬੱਚੀਆਂ ਮਗਰੀ ਧਿਆਨ ਦੇਈਏ ਇਹ ਚੀਜ਼ਾਂ ਦਾ ਖਾਸ ਕਰਕੇ ਧਿਆਨ ਰੱਖਣਾ ਮਹੋਤਵਪੂਰਨ ਨੇ ਫਾਰਮ ਨੇ ਬੱਚੀਆਂ ਬਈ ਜ਼ਿਆਦਾਤਰ ਮੋਸਟਲੀ ਮੋਸਟਲੀ ਜ਼ਿਆਦਾਤਰ ਇਹ ਹੁਣ ਸਾਲ-ਸਾਲ ਦੇ ਹੋ ਗਈਆਂ ਵਿੱਚੋਂ ਮੁੱਲਾਂ ਦਾ 5-7 ਰਹਿ ਗਈਆਂ ਜਿਹੜੀਆਂ ਛੋਟੀਆਂਆਂ ਆ ਬਾਅਦ ਚ ਨਹੀਂ ਸਾਰੀਆਂ ਗੱ ਜਿਹਨੀਆਂ ਜਿਨ੍ਹਾਂ ਦਾ ਵੇਟ ਘੱਟ ਲੱਗ ਰਿਹਾ ਸਾਨੂੰ ਉਹ 2-4 ਗੱਭਣਾਂ ਉਹ ਐ ਮਾਰਥ ਦੇ ਵਿੱਚ ਆਪਾਂ ਕਰ ਦਾਂਗੇ ਜਦੋਂ ਆਪਾਂ ਦੇਖ ਲੈਣ ਲੈ ਵੀ ਆਪਣਾ ਟਾਈਮ ਲੱਗ ਰਿਹਾ ਜੇ 3 ਕੁਇੰਟਲ ਦੀ ਵੀ ਹੋਈ ਆ ਉਹਦਾ ਵੀ ਆਪਾਂ ਏਆਈ ਕਰ ਦਾਂਗੇ ਆਪਦੇ ਫਾਰਮ ਤੇ ਹੁਣ ਇੱਕ ਦੋ ਬੱਚੀਆਂ ਛੋਟੀਆਂ ਗੀਆਂ ਉਹ ਕਹਾ ਜਾਣਗੀਆਂ ਨਹੀਂ ਬਾਕੀ ਸਾਰੀਆਂ ਬੱਚੀਆਂ ਲਗਭਗ ਮੈਂ ਲਗਭਗ ਸਾਰੇ ਐਨੀਮਲਾਂ ਦੀ ਏਆਈ ਕਰ ਚੁੱਕੇ ਆ ਇਹਦੇ ਵਿੱਚ 2-4 ਨੂੰ ਛੱਡ ਕੇ ਇਹ ਆਪਣੇ ਕੁਝ ਉੱਧਰ ਵੀ ਆਪਣੇ ਫਾਰਮ ਦੀਆਂ ਬੱਚੀਆਂ ਗੀਆਂ ਇਹ ਕਹਾ ਅਗਲੇ ਸਾਲ ਆਪਣੇ ਕੋਲੇ ਕਨਸੀਵ ਹੋ ਚੁੱਕੀਆਂ ਇਹ ਅਗਲੇ ਸਾਲ ਆਪਣੇ ਕੋਲੇ ਬੱਚੇ ਆ ਜਾਣਗੇ ਇਹਨਾਂ ਦੇ ਜਿਆਦਾਤਰ ਆਪਾਂ 66 ਸੀਮਨ ਆਪਦੇ ਫਾਰਮ ਤੇ ਯੂਜ਼ ਕਰਿਆਗਾ ਆਇਆ ਕਰਕੇ ਫਿਰ ਆਪਣਾ ਹੌਸਲਾ ਵੱਧ ਜਾਂਦਾ ਜਦੋਂ ਆਪਣੀਆਂ ਬੱਚੀਆਂ ਗਾਹਾਂ ਹੁਣ ਮੈਨੂੰ ਹੌਸਲਾ ਤਾਂ ਹੈ ਲੈ ਵੀ 10 12 15 ਐਨੀਮਲ ਅਗਲੇ ਸਾਲ ਆਪਣੇ ਨਵੇਂ ਆ ਜਾਣਗੇ ਦੁੱਧ ਤੇ ਜਦੋਂ ਹਰ ਸਾਲ ਤੁਸੀਂ ਵੀ ਇਹ ਹੌਲੀ ਹੌਲੀ ਯਾਰ ਹਰੇਕ ਬੰਦਾ ਇਹ ਸਟੇਜ ਤੇ ਪਹੁੰਚ ਸਕਦਾਗਾ ਕੋਈ ਆਏ ਨਹੀਂ ਗੱਲ ਵੀ ਕੋਈ ਬੰਦਾ ਨਹੀਂ ਪਹੁੰਚ ਸਕਦਾ ਸਾਰੇ ਬੰਦੇ ਤੁਸੀਂ ਸਮਝਦਾ ਰਹੋ ਤੁਸੀਂ ਡੈਰੀ ਦਾ ਕੰਮ ਕਰਿਆ ਸਾਰੇ ਬੰਦੇ ਤੁਸੀਂ ਤਰੱਕੀ ਕਰ ਸਕਦੇ ਹੋ ਵੀਰੇ ਥੋੜੀ ਜਿਹੀ ਖੇਚਲਾ ਹੁੰਦੀ ਹੈ ਤਿੰਨ ਚਾਰ ਸਾਲ ਤਾਂ ਬਹੁਤ ਜਿਆਦਾ ਹੁੰਦੀ ਹੈ ਖੇਚਲਾ ਚਾਰ ਸਾਲ ਥੋੜੀ ਜਿਆਦਾ ਖਾਈ ਆਉਂਦੇ ਆ ਜਦੋਂ ਚਾਰ ਸ ਫਿਰ ਤੁਹਾਡਾ ਖਾਈ ਜਦੋਂ ਤੁਹਾਡੇ ਤੁਸੀਂ ਆਪ ਹੀ ਸੋਚ ਲਓ ਪੰਜ ਪੰਜ ਬੱਚੀਆਂ 10 10 ਬੱਚੀਆਂ ਹਰ ਸਾਲ ਰਲਣ ਲੱਗ ਗਈਆਂ ਫਿਰ ਦਾ ਆਪਾਂ ਕਿੱਥੇ ਪਹੁੰਚ ਜਾਗੇ ਫਿਰ ਆਪਣਾ ਬਹੁਤ ਫਰਕ ਪੈਂਦਾ ਬਾਕੀ ਆਪਾਂ ਚੰਗੀ ਬਰੀਡ ਦੇ ਸੀਮਨ ਲਾਉਣੇ ਆ ਚੰਗੀ ਬਰੀਡ ਦੇ ਸੀਮਨ ਲਾਉਣੇ ਦਾ ਆਪਾਂ ਨੂੰ ਪਤਾ ਲੱਭੀ ਹੈ 35 35 ਲੀਟਰ ਦੁੱਧ ਪਹਿਲੇ ਸੂਏ ਦੇਣੀਆਂ ਜ਼ਰੂਰੀ ਆ ਬਾਈ ਆਉਦੇ ਫਾਰਮ ਦੇ ਬੱਚਿਆਂ ਵੀ ਪਾਲੋ ਬੱਚਿਆਂ ਵੀ ਉਹਦੇ ਅਕੋਰਡਿੰਗ ਪਾਲੋ ਜਿੰਨਾ ਕ ਆਪਣੇ ਕੋਲੇ ਦੁੱਧ ਆ ਬਹੁਤ ਜ਼ਰੂਰੀ ਆ ਇਹ ਬਾਕੀ ਐਂ ਦੇਖ ਲਿਆ ਕਰੋ ਵੀਰੇ ਯਾਰ ਆਪਣੇ ਫਾਰਮ ਦੇ ਉੱਪਰ ਕੋਸ਼ਿਸ਼ ਕਰ ਲਿਆ ਕਰੋ ਜਿਹੜੀਆਂ ਪਹਿਲਾਂ ਬੱਚਿਆਂ ਹੁੰਦੀਆਂ ਉਹ ਛੇਤੀ ਰਹਿ ਜਾਂਦੀਆਂ ਉਹਨਾਂ ਦੇ 66 ਸਿਮਨ ਲਾ ਲਿਆ ਕਰੋ ਉਹ ਕਨਸੀਵ ਛੇਤੀ ਕਰ ਜਾਂਦੀਆਂ ਗਿਆ ਕਈ ਵਾਰ ਆਪਣੇ ਦੁੱਧ ਵਾਲਿਆਂ ਗਾਵਾਂ ਨਹੀਂ ਕਨਸੀਵ ਕਰਦੀਆਂ ਆਪਾਂ ਕਹਿੰਦੇ ਆ 2 2025 2500 ਦੇ ਟੀਕੇ ਆਪਾਂ ਲਵਾਈ ਜਾਂਦੇ ਆ ਖਰਚਾ ਜਾਦੇ ਹੋ ਜਾਂਦਾਗਾ ਇਹ ਪੱਕੀ ਗੱਲ ਹੈ ਜਿਹੜਾ ਛੋਟਾ ਫਾਰਮਰਾ ਨੂੰ ਸਰਵਾਈਵ ਕਰਨਾ ਖਰਚਾ ਕਰਨਾ ਬਹੁਤ ਔਖਾ ਹੋ ਜਾਂਦਾ ਪਰ ਮੈਂ ਇੱਕ ਗੱਲ ਕਹਿਣਾ ਵੀਰੇ ਤੁਸੀਂ 3 ਸਾਲਾਂ ਦੇ ਨੇ 4 ਸਾਲਾਂ ਦੇ ਨੇ ਕੰਮ ਸ਼ੁਰੂ ਕਰਿਆ ਜਦੋਂ ਤੁਸੀਂ ਇੰਟਰਸਟ ਲੈ ਕੇ ਨੌਲੇਜ ਗੇਨ ਕਰੋਗੇ ਇਹਦੇ ਬਾਰੇ ਜਾਣਕਾਰੀ ਪ੍ਰ ਤੁਸੀਂ ਪੱਕਾ ਹੀ ਸਕਸੈਸਫੁਲ ਹੋਵੋਗੇ ਕੋਈ ਦੁਨੀਆ ਦੀ ਤਾਕਤ ਨਹੀਂ ਤੁਹਾਨੂੰ ਰੋਕ ਸਕਦੀ ਜੇ ਤੁਸੀਂ ਥੋੜਾ ਥੋੜਾ ਧਿਆਨ ਦੇਣ ਲੱਗ ਗਿਆ ਆਪਣੇ ਡੇਰੀ ਕੰਨੀ ਜੇ ਆਪਾਂ ਧਿਆਨ ਹੀ ਦੇਣਾ ਕਿਹੜਾ ਡੀਗਾ ਲੱਗ ਗਿਆ ਕੁਝ ਵੀ ਹੋ ਗਿਆ ਆਪਣੇ ਫਾਰਮ ਤੇ ਫਿਰ ਆਪਾਂ ਪਿੱਛੇ ਨੂੰ ਜਾਵਾਂਗੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਲੈ ਵੀ ਸੂਏ ਦੇ ਵਿੱਚ ਕਿੰਨਾ ਦੁੱਧ ਦਿੱਤਾ ਮੇਰੀ ਗਾਂ ਨੇ ਉਹ ਗਾਂ ਆਪਾਂ ਸਿਲੈਕਟਡ ਕਰ ਲਓ ਆਪਣੇ ਫਾਰਮ ਦੇ ਉੱਪਰ ਜੇ 10000 ਲੀਟਰ ਦੁੱਧ ਦਿੱਤਾ 7000 ਤੋਂ ਜਿੰਨੀਆਂ ਵੀ ਗਾਵਾਂ ਨੇ ਉੱਪਰ ਦੁੱਧ ਦਿੱਤਾ ਹੁੰਦਾ ਕੋਈ ਗਾਵਾਂ ਵਿੱਚ ਆਪਣੇ ਫਾਰਮ ਤੇ 8 9 10000 ਲੀਟਰ ਵਾਲੀਆਂ ਆ ਜਾਂਦੀਆਂ 305 ਦਿਨਾਂ ਜੇ ਆਪ ਤਾਹ ਪਣੂ ਪਤਾ ਲੱਗ ਜਾਂਦਾ ਲੈ ਵੀ 300 ਦਿਨਾਂ ਦਾ ਗਾਂ ਇਹ ਕਿੰਨਾ ਦੁੱਧ ਦਿੱਤਾ ਜੇ ਆਪਾਂ ਦੁੱਧ ਦੇ ਅਕੋਰਡਿੰਗ ਜੇ ਪੂਰਾ ਵਧੀਆ ਦੁੱਧ ਦਿੱਤਾ ਹੋਇਆ 300 ਦਿਨਾਂ ਦਾ ਚਾਹੇ ਉਹ 30 ਦਿੰਦੀ ਆ ਚਾਹੇ 40 ਚਾਹੇ 50 ਕਿਲੋ ਦਿੰਦੀ ਆ ਦੁੱਧ ਦਾ ਜੇ ਉਹਦਾ 10000 9000 ਲੀਟਰ ਹੈਗਾ ਦੁੱਧ ਉਹ ਗਾਂ ਦੇ ਤੁਸੀਂ ਕੀ ਕਰਨਾ ਵੀਰੇ ਯਾਰ ਸੈਕਸਰ ਸੀਮਨ ਉਤੋਂ ਬਰੀਡ ਤਿਆਰ ਕਰੋ ਆਪਦੇ ਫਾਰਮ ਦੇ ਉੱਪਰ ਤੁਹਾਨੂੰ ਪਤਾ ਲੱਗ ਵੀ ਉਹ ਲੌਂਗ ਟਾਈਮ ਦੁੱਧ ਦਿੰਦੀ ਆ ਵਧੀਆ ਗਾਂ ਕੀ ਉਹਨੇ ਤੁਸੀਂ ਐਵਰੇਜ ਕੱਢ ਕੇ ਦੇਖ ਲਓ ਤੇ ਦੁੱਧ ਨਾਲ ਉਹਦੇ ਖਰਚੇ ਮਨਟੇਨ ਕਰ ਲਓ ਤੁਹਾਨੂੰ ਬਚਤ ਬਹੁਤ ਕਰੀ ਹੋਊ ਉਹ ਗਾਂ ਨੇ ਤੁਸੀਂ ਆਮ ਮੋਟਾ-ਮੋਟਾ ਹਿਸਾਬ ਉੱਥੋਂ ਲੱਗ ਜਾਂਦਾ ਸਾਲ ਭਰਦਾ ਗਾਇਆਂ ਦਾ ਜਦੋਂ ਆਪਾਂ ਦਿੱਲੀ ਦਾ ਦੁੱਧ ਲਿਖਦੇ ਆਂ ਦਿੱਲੀ ਦਾ ਦੁੱਧ ਦਾ ਆਪਾਂ 300 ਦਿਨਾਂ ਦਾ ਹਿਸਾਬ ਲਾਉਣੇ ਆਂ ਦਿੱਲੀ ਦਾ ਖਰਚਾ ਕਰਕੇ ਆਪਾਂ ਨੂੰ ਪਤਾ ਲੱਗ ਜਾਂਦਾ ਲੱਭੀ ਇੰਨਾ ਖਰਚਾ ਕਾਣੇ ਖਾਦਾਗਾ ਤੇ ਇੰਨੀ ਆਪਾਂ ਨੂੰ ਬਚਤ ਹੋਈ ਹੈ ਇਹ ਬਹੁਤ ਜ਼ਰੂਰੀ ਹੈ ਕਈ ਵਾਰ ਕਈ ਵੀਰਤਾ ਇਹੋ ਜਿਹੀ ਵੀ ਆਉਂਦੇ ਆ ਫੋਨ ਆਉਂਦੇ ਆ ਮੈਨੂੰ ਜਿਹੜੇ ਵੀਰ ਕਹਿੰਦੇ ਯਾਰ ਬਹੁਤ ਔਖੇ ਆ ਬਾਈ ਕੁਝ ਨਹੀਂ ਵੱਜਦਾ ਯਾਰ ਘਰੇ ਖੜੀਆਂ ਗਿਆ ਚਾਰ-ਚਾਰ ਪੰਜ-ਪੰਜ ਐਨੀਮਲ ਖੜੇ ਆ 20-20 ਕਿਲੋ ਦੁੱਧ ਦਾ ਉਹ ਵੀਰ ਐਸ ਆਸ ਤੇ ਖੜੇ ਆ ਲਵੀ ਯਾਰ ਅੱਜ ਗੱਪਣ ਹੋ ਜਾਣਗੀਆਂ ਅਗਲੇ ਸਾਲ ਆਪਣੇ ਕੋਲੇ ਦੁੱਧ ਆ ਜੂ ਆ ਆਸ ਤੇ ਖੜੇ ਆ ਮੈਂ ਵੀ ਇਹ ਆਸ ਲਾ ਕੇ ਖੜਦਾ ਰਿਹਾ ਪਹਿਲਾਂ ਪਰ ਇਹ ਆਸ ਬਹੁਤ ਔਖੀ ਆ ਵੀਰੇ ਆਪਾਂ ਖਰਚਾ ਬਹੁਤ ਜ਼ਿਆਦਾ ਕਰ ਲਾਂਗੇ ਤਾਂ ਕਰਕੇ ਕਹਿਣਾ ਲਵੀ ਉਹ ਐਨੀਮਲਾਂ ਤੋਂ ਆਪਾਂ ਖੜਾ ਛੜਾਈਏ ਲਵੀ ਜਿਹੜੇ ਆਪਣੇ ਕੋਲੇ ਦੁੱਧ ਨਹੀਂ ਦੇ ਰਹੇ ਆਪਾਂ ਉਹ ਬੰਨੀ ਬੈਠੇ ਆ ਜੇ ਕੋਈ ਆਪਣੇ ਕੋਲੇ ਐਨੀਮਲ ਗੱਪਣ ਹੋ ਗਿਆ ਸਪੋਜ਼ ਕਰੋ ਲਵੀ ਆਪਣੇ ਕੋਲੇ ਦੁੱਧ ਨਹੀਂ ਦੇ ਰਿਹਾ ਐਨੀਮਲ ਗੱਪਣ ਹੋ ਗਿਆ ਉਹਨੇ ਵੀ ਆਪਣੇ ਕੋਲੇ ਨਜਾਇਜ਼ ਖਾ ਜਾਣਾ 7-8 ਮਹੀਨੇ ਜਿੰਨੇ ਜ਼ਰਦਾ 9 ਮਹੀਨੇ ਦਾ ਜਿੰਨਾ ਵੀ ਖਾਣਾ ਆਪਣੇ ਕੋਲੇ ਗੱਬਣਾ ਐਨੀਮਲ ਨੇ ਵੀ ਖਾਣਾ ਪਰ ਗੱਬਣਾ ਐਨੀਮਲ ਤੇ ਆਪਾਂ ਇਹ ਆਸ ਲਾ ਲੈਨੇ ਆਂ ਜਾਂ ਤਾਂ ਇਹ ਯਾਰ ਗੱਬਣਾ ਸੂਣ ਮਿਲੇ ਵੇਚਾਂਗੇ ਮਹਿੰਗੇ ਦਾ ਬਿਕੂਗਾ ਜਾਂ ਹੋਰ ਪਰ ਉਹਨੇ ਵੀ ਆਪਣੇ ਕੋਲ ਨਜਾਇਜ਼ ਖਰਚਾ ਕਰ ਦੇਣਾ ਡੈਰੀ ਫਾਰਮ ਟੂ ਦਾ ਸਪਸ਼ਟ ਆਪਣਾ ਦੁੱਧ ਤੇ ਚੱਲਣਾਗਾ ਮੇਨ ਕੰਮ ਆਪਣਾ ਦੁੱਧ ਦਾਗਾ ਆਪਾਂ ਨੂੰ ਫਾਇਦਾ ਉਦ ਹੀ ਹੋਣਾ ਜਦੋਂ ਆਪਾਂ ਨੂੰ ਐਨੀਮਲ ਆਪਣਾ ਪ੍ਰੋਪਰ ਦੁੱਧ ਦੇ ਰਿਆ ਜੇ ਆਪਣਾ ਐਨੀਮਲ ਆਪਾਂ ਨੂੰ ਪ੍ਰੋਪਰ ਦੁੱਧ ਨਹੀਂ ਦੇ ਰਿਆ ਆਪਣੇ ਫਾਰਮ ਦੇ ਉੱਪਰ ਉਹ ਐਨੀਮਲ ਤੋਂ ਆਪਾਂ ਕੀ ਕਰਾਉਣਾ ਉਹਨੂੰ ਸੇਲ ਕਰੋ ਆਪਾਂ ਫਿਰ ਆਪਾਂ ਇਹ ਸੋਚ ਲੈਨੇ ਆਂ ਯਾਰ ਆਪਾਂ ਲਿਆਵਾਂਗੇ ਕਿੱਥੋਂ ਐਨੀਮਲ ਭਾਈ ਜੇ ਆਪਾਂ ਵਧੀਆ ਐਨੀਮਲ ਫਾਰਮ ਚੋਂ ਜਾਦੇ ਪੈਸੇ ਲਾ ਕੇ ਤੁਸੀਂ ਦੁੱਧ ਮਿੰਨ ਕੇ ਲਿਆਂਦਾ 40 ਲੀਟਰ ਦੁੱਧ ਵਾਲਾ ਫਾਰਮ ਦੇ ਵਿੱਚੋਂ ਉਹ ਐਨੀਮਲ ਨੂੰ ਤੁਹਾਡੇ ਕੋਲੇ ਆਏ ਹੋਣਾ ਚਾਹੀਦਾ ਜੇ ਤੁਸੀਂ 1.5 ਲੱਖ ਰੁਪਇਆ ਲਾ ਰਹੇ ਹੋ ਐਨੀਮਲ ਦੇ ਉੱਪਰ ਖਰੀਦ ਰਹੇ ਹੋ ਇੰਨੇ ਮਹਿੰਗੇ ਐਨੀਮਲ ਤਾਂ ਤੁਹਾਡੇ ਕੋਲੇ ਸਾਈਲੇਜ ਦਾ ਇੰਤਜ਼ਾਮ ਹੋਣਾ ਚਾਹੀਦਾ ਵੀਰੇ ਜੇ ਇੰਨੇ ਮਹਿੰਗੇ ਐਨੀਮਲ ਖਰੀਦਣ ਤੋਂ ਬਾਅਦ ਤੁਹਾਡੇ ਕੋਲੇ ਸਾਈਲੇਜ ਦਾ ਇੰਤਜ਼ਾਮ ਨਹੀਂ ਉਹਨਾਂ ਨੂੰ ਖਵਾਉਣ ਦਾ ਇੰਤਜ਼ਾਮ ਨਹੀਂ ਫਿਰ ਤੁਸੀਂ ਨਾ ਖਰੀਦੋ ਫਿਰ ਤੁਸੀਂ ਪਿੰਡਾਂ ਚੋਂ 60-70 ਹਜ਼ਾਰ ਵਾਲਾ ਐਨੀਮਲ ਹੀ ਖਰੀਦ ਲਿਆ ਕਰੋ ਫੇਰ ਤੁਹਾਨੂੰ ਇਧਰ ਲੌਂਗ ਟਰਮ ਡੈਰੀ ਵਾਲ ਜਾਣ ਦੀ ਕੋਈ ਲੋੜ ਨਹੀਂ ਬਾਈ ਜਦੋਂ ਆਪਾਂ 40 ਕਿਲੋ ਵਾਲਾ 1.5 ਲੱਖ ਰੁਪਏ ਦਾ ਆਪਾਂ ਐਨੀਮਲ ਖਰੀਦ ਲੈਂਦਾ ਆਪਣੇ ਫਾਰਮ ਤੇ ਅੱਜ ਕੱਲ ਆ ਗਿਆ ਆਪਣੇ ਕੋਲੇ ਸਾਇਲੈਂਜ ਮੁੱਕ ਚੱਲਿਆ ਤੇ ਫੇਰ ਉਹਨੇ ਦੁੱਧ ਬੈਗ ਮਾਰਨੇ ਹੀ ਮਾਰਨਾ ਬਾਈ ਫੇਰ ਆਪਾਂ ਵੇਚਣ ਵਾਲੇ ਨੂੰ ਦੋਸ਼ ਨਹੀਂ ਦੇ ਸਕਦੇ ਫੇਰ ਆਪਣਾ ਸਾਹਮਣ ਵਾਲਿਆਂ ਦਾ ਦੋਸ਼ ਆ ਇੱਥੇ ਇਹ ਇਹ ਗੱਲ ਨੋਟ ਕਰ ਲਿਆ ਕਰੋ ਤੁਸੀਂ ਲਈ ਆਪਾਂ ਇੰਨਾ ਮਹਿੰਗਾ ਇਨਵੈਸਟਮੈਂਟ ਕਰ ਰਹੇ ਹਾਂ ਸਟਾਰਟਿੰਗ ਦੇ ਵਿੱਚ گاਵਾਂ ਤੇ ਤੇ ਆਪਾਂ ਉਹਦੇ ਖਾਣ ਪੀਣ ਦਾ ਇੰਤਜ਼ਾਮ ਕਰ ਲੀ ਗਏ ਕੱਲਾ ਡੈਰੀ ਦਾ ਕਿੱਤਾਗਾ ਜਿਹੜਾ ਆਪਾਂ ਬਿਨਾਂ ਜ਼ਮੀਨ ਵਾਲਾ ਖ ਹੁਣ ਅੱਜ ਕੱਲ੍ਹ ਲੋਕ ਆਲੂਆਂ ਵਾਲੇ ਖੇਤ ਦੇ ਵਿੱਚ ਮੱਕੀ ਲਾ ਰਹੇ ਆ ਜ਼ਿਆਦਾਤਰ ਆਹ ਉਹ ਆਪਾਂ ਫੇਰ ਕਰਾਂਗੇ ਕਿਹੜੇ ਵੀ ਆਪਾਂ ਮੱਕੀ ਦੇ ਬੀਜ ਨੇ ਚਾਹੀਦੇ ਅਗਲੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਅੱਜ ਕੱਲ੍ਹ ਜ਼ਿਆਦਾਤਰ ਮੱਕੀ ਲਾ ਰਹੇ ਆ ਲੋਕ ਜਿਨ੍ਹਾਂ ਕੋਲੇ ਐਨੀਮਲ ਨਹੀਂ ਹੁੰਦੇ ਉਹ ਵੀ ਸੇਲ ਕਰਦੇ ਆ ਮੱਕੀ ਤੁਸੀਂ ਪਹਿਲਾਂ ਹੀ ਕੰਟੈਕਟ ਕਰ ਲਿਆ ਕਰੋ ਉਹਨਾਂ ਨਾਲ ਉਹ ਆਪਾਂ ਨੂੰ ਸਸਤੇ ਰੇਟ ਮਿਲ ਜਾਂਦੀ ਆ ਮੱਕੀ ਵੀਰੇ ਜਦੋਂ ਆਪਾਂ ਊਂ ਲੈਣੇ ਆ ਸਾਈਲੇਜ ਬਣਿਆ ਹੋਤਾ ਤਾਂ ਡਬਲ ਟ੍ਰਿਪਲ ਰੇਟ ਮਿਲਦਾਗਾ ਜੇ ਆਪਾਂ ਆਪਦੇ ਫਾਰਮ ਦੇ ਸਾਈਲੇਜ ਉਹਨਾਂ ਨਾਲ ਕੰਟੈਕਟ ਕਰਕੇ ਕਈ ਵੀਰ ਤਾਂ ਇਸ ਤਰ੍ਹਾਂ ਦੀ ਮਿਲ ਜਾਂਦੇ ਆ ਜਿਹੜੇ ਕਹਿੰਦੇ ਆ ਭਾਈ ਅਸੀਂ ਕੁਤਰਾ ਕਰਕੇ ਤੁਹਾਡੇ ਫਾਰਮ ਤੇ ਸਿੱਟ ਜਾਾਂਗੇ ਉਹ ਆਪਦੀ ਮੱਕੀ ਉਹਦੇ ਖੇਤ ਦੇਖਿਆ ਉਹ ਜਾ ਕੇ ਉਹਨਾਂ ਨਾਲ ਗੱਲ ਕਰੋ ਆਪਣੇ ਫਾਰਮ ਤੇ ਉਹਨਾਂ ਨਾਲ ਉਹਨਾਂ ਨੂੰ ਕਹਿ ਦਿਓ ਲੈ ਭਾਈ ਕੁਤਰਾ ਕਰਕੇ ਇੰਨਾ ਵਜ਼ਨ ਕਰਾਏ ਕੰਡੇ ਤੇ ਵੇਟ ਕਰਾਓ ਉਹਦਾ ਉਹਨੂੰ ਪੈਸੇ ਦੇ ਦਿਓ ਵਜ਼ਨ ਦੇ ਹਿਸਾਬ ਨਾਲ ਹੁਣ ਆਪਾਂ ਨੂੰ ਫਾਰਮਰ ਨਾਲ ਫਾਰਮਰ ਨੂੰ ਕੰਟੈਕਟ ਕਰਨਾ ਪਊ ਬਹੁਤ ਡੈਰੀ ਫਾਰਮਰਾਂ ਨੂੰ ਆਪਣੇ ਪਿੰਡ ਦੇ ਫਾਰਮਰਾਂ ਨਾਲ ਕੰਟੈਕਟ ਕਰਨਾ ਪਊ ਜੇ ਤੁਹਾਡੇ ਪਿੰਡ ਦੇ ਵਿੱਚ ਨਹੀਂ ਕੋਈ ਬੀਜਦਾ ਉਹਨੂੰ ਕਹਦੇ ਭਾਈ ਮੈਂ ਤੈਨੂੰ ਇੰਨੇ ਪੈਸੇ ਦੇਵਾਂਗਾ ਤੂੰ ਮੱਕੀ ਬੀਜਾ ਜੇ ਉਹਨੂੰ 4 ਪੈਸੇ ਤੀਜੀ ਫਸਲ ਦੇ ਬਚਣ ਲੱਗ ਜਾਣਗੇ ਉਹ ਆਟੋਮੈਟਿਕ ਵਿਜੂਗਾ ਤੁਸੀਂ ਲੋਕਾਂ ਨੂੰ ਜੇ ਤੁਹਾਡੇ ਕੋਲ ਜ਼ਮੀਨ ਹੈ ਨਹੀਂ ਤਾਂ ਪਿੰਡ ਦੇ ਵਿੱਚ ਕਹਿ ਕੇ ਵਜਾਲੋ ਤੁਸੀਂ ਮੱਕੀ ਬਾਈ ਤੁਸੀਂ ਬੀਜ ਦਿਓ ਯਾਰ ਅਸੀਂ ਖਰੀਦਾਂਗੇ ਕੰਟੈਕਟ ਕਰ ਲਓ ਅਗਲੇ ਨਾਲ ਜੇ ਵਧੀਆ ਮੱਕੀ ਆ ਉਹਦਾ ਰੇਟ ਲਾ ਦਿਓ ਗੱਲ ਕਰਕੇ ਉਵੇਂ ਮੱਕੀ ਵਜਾਓ ਸਾਈਲੇਜ ਪਾਓ ਸਾਈਲੇਜ ਬਿਨਾ ਡੈਰੀ ਫਾਰਮ ਸਰਵਾਈਵ ਕਰਨਾ ਬਹੁਤ ਔਖਾ ਬਹੁਤ ਜ਼ਿਆਦਾ ਔਖਾ ਵੀਰੇ ਉਸ ਤੋਂ ਬਾਅਦ ਇੱਕ ਗੱਲ ਹੋਰ ਆ ਜਦੋਂ ਆਪਾਂ ਜਾਦੇ ਐਨੀਮਲ ਹੋ ਜਾਣਗੇ ਫਿਰ ਹਰਾਚਾਰਾ ਵਧਣਾ ਵੀ ਬਹੁਤ ਔਖਾ ਹੋ ਜਾਂਦਾ ਫਿਰ ਹੋਰ ਜ਼ਿਆਦੇ ਔਖਾਈ ਆ ਜਾਂਦੀ ਆ ਫਿਰ ਹੁਣ ਐਂਡ ਐਂਡ ਵਾਲ ਜਾ ਰਿਹਾ ਮੈਂ ਜ਼ਿਆਦਾਤਰ ਹੁਣ ਵੀਡੀਓ ਐਂਡ ਐਂਡ ਕਰ ਰਹਾਗਾ ਐਂਡ ਦੇ ਵਿੱਚ ਮੈਂ ਇਹੀ ਗੱਲ ਕਹਿਣਾਗਾ ਜਿਹੜੇ ਨਵੇਂ ਡੇਰੀ ਫਾਰਮਰ ਹਾ ਹੁਣ ਇਸ ਟਾਈਮ ਉਖਾਈ ਆ ਰਹੀ ਆ ਮੇਨ ਇੱਕ ਤਾਂ ਰਿਪੀਟਿੰਗ ਵਾਲਾ ਬੋਲਦਾ ਵੀਰੇ ਰਿਪੀਟਿੰਗ ਵਾਲੀ ਗਾਂ ਕੀ ਜੇ ਨਹੀਂ ਰਹਿ ਰਹੀ ਕੋਈ ਦੁੱਧ ਨਹੀਂ ਦੇ ਰਹੀ ਉਹਨੂੰ ਵੇਚ ਦਿਓ ਵੀਰੇ ਯਾਰ ਚਾਹੇ ਘੱਟ ਦੁੱਧ ਦੇ ਰਹੀ ਆ ਉਸ ਤੋਂ ਬਾਅਦ ਦੂਜੀ ਗੱਲ ਆ ਕਿਉਂ ਆਏ ਆ ਵੀ ਜਿਹੜੀਆਂ 200 ਦੇ ਕੋਲੇ ਵੱਜ ਜਾਣਗੀਆਂ ਉਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਸਾਂਭ ਸਾਂਭ ਸਕਦੇ ਹੋ ਦੂਜੀ ਗੱਲ ਆ ਸਾਈਲੇਜ ਮੁਕਦਾਗਾ ਸਾਈਲੇਜ ਜੇ ਤੁਹਾਡੇ ਕੋਲੇ ਥੋੜਾ ਵੀ ਦੁੱਧਾ ਗੇਰਾ ਮੁੱਲ ਮੰਗਾ ਲ ਉਹਨੂੰ ਘੱਟ ਪਾ ਲੋ ਸਾਇਲੇਜ ਵਿੱਚ ਤੂੜੀ ਰਲਾ ਦਿਆ ਕਰੋ ਜਾਦੇ ਤੇ ਸਾਇਲੇਜ ਜ਼ਰੂਰ ਪਾਓ ਲਵੇ ਦੁੱਧ ਨਾਲ ਟੁੱਟਣ ਦਿਓ ਸਾਇਲੇਜ ਦਾ ਇੰਤਜ਼ਾਮ ਰੱਖੋ ਜੇ ਤੁਸੀਂ ਉਹ ਵੀ ਨਹੀਂ ਕਰ ਸਕਦੇ ਫਿਰ ਤੂੜੀ ਨੂੰ ਥੋੜੀ ਥੋੜੀ ਗਿੱਲੀ ਕਰ ਲਿਆ ਕਰੋ ਵਿੱਚ ਫੀਡ ਪਾ ਦਿਆ ਕਰੋ ਕਿਲੋ ਫੀਡ ਜ਼ਿਆਦਾ ਪਾ ਲੋ ਚੌਕਰ ਲਿਆਓ ਥੋੜੀ ਜੀ ਥੋੜਾ ਚੌਕਰ ਜਿਹੜੀ ਚੀਜ਼ ਸਸਤੀ ਮਿਲਦੀ ਆ ਉਹ ਲੈ ਲਓ ਡੀਓਸੀ ਲੈ ਲਓ ਥੋੜੀ ਜੀ ਉਹ ਮਿਕਸ ਕਰਦੇ ਪ੍ਰੋਪਰ ਫੀਡ ਆਪਾਂ ਉਹ ਨਹੀਂ ਪਾਉਣੀ ਆ ਉਹਦੇ ਅਕੋਰਡਿੰਗ ਆਪਾਂ ਲਵੇ ਆਪਦੇ ਗਾਈਆਂ ਦਾ ਦੁੱਧ ਨਾਲ ਟੁੱਟੇ ਡੰਗ ਲੈ ਜੀ ਲੈ ਵੀ ਰੱਜ ਵੀ ਜਾਣਗਾ ਮਾਂ ਜਿਆਦਾ ਗਿੱਲੀ ਨਹੀਂ ਕਰਨੀ ਤੂੜੀ ਜਿਆਦਾ ਗਿੱਲੀ ਕਰਾਂਗਾ ਤਾਂ ਕਈ ਵਾਰ ਬੰਨ ਵਗੈਰਾ ਦੀ ਪ੍ਰੋਬਲਮ ਆ ਜਾਂਦੀ ਹੈ। ਬਾਕੀ ਮਿਲਣ ਨੇ ਡਿਸਟਰ ਵਗੈਰਾ ਪ੍ਰਾਪਰ ਰੱਖਣਾਗਾ। ਫਿਰ ਨਾਲ ਨਾਲ ਹੁਣ ਗਰਮੀ ਆ ਗਈ ਅੱਗੇ ਤਾਂ ਪਾਣੀ ਘਟ ਟੈਂਕ ਲੈਂਦੀ ਹੈ ਹੁਣ ਗਰਮੀ ਚ ਪਾਣੀ ਜਿਆਦਾ ਪੀਂਦੇ ਐਨੀਮਲ। ਪਾਣੀ ਦਾ ਇੰਤਜ਼ਾਮ ਛੋੜੇ ਪ੍ਰਾਪਰ ਹੋਣਾ ਚਾਹੀਦਾ ਫਾਰਮ ਦੇ ਲਈ ਦੁੱਧ ਨਾਲ ਟੁੱਟੇ। ਆਹ ਤਿੰਨ ਚਾਰ ਮਹੀਨੇ ਆਪਾਂ ਜੇ ਹੋਰ ਲਗਾਤਾਰ ਆਪਾਂ ਦੁੱਧ ਲੈ ਜਾਗੇ ਐਨੀਮਲ ਦਾ ਤਾਂ ਆਪਾਂ ਨੂੰ ਜਿਆਦਾ ਇਨਕਮ ਹੋ ਜੂਗੀ। ਆਪਾਂ ਡਰਾਈ ਦਾ ਗਾਂ ਜਾ ਕੇ ਕਰਨੇ ਐਨੀਮਲ ਹੁਣ ਆਪਾਂ ਗੱਬੜ ਕਰਿਆ। ਆ ਬਾਕੀ ਇੱਕ ਗੱਲ ਹੋਰ ਆ ਜਿਹੜੇ ਐਨੀਮਲ ਨਹੀਂ ਗੱਪਣ ਕਰੇ ਨਹੀਂ ਕਨਸੀਵ ਹੋਏ ਉਹਨਾਂ ਨੂੰ ਕਨਸੀਵ ਕਰੋ ਵੀਰੇ ਡਾਕਟਰ ਨਾਲ ਰਾਇ ਕਰੋ ਕਿਉਂ ਨਹੀਂ ਰਹਿੰਦਾ ਕਿਵੇਂ ਦਵਾਈ ਧਰਾਓ ਕੁਝ ਵੀ ਕਰਾਓ ਉਹ ਗੱਬੜ ਰਹਿਣਾ ਚਾਹੀਦਾ ਆਪਣੇ ਫਾਰਮ ਦੇ ਉੱਪਰ ਜਿਹੜੇ ਐਨੀਮਲ ਪਿਛਲੇ ਮਹੀਨੇ ਸੂਏ ਆ ਉਹਨਾਂ ਦੀ ਸਾਈਕਰੋਨਾਈਜੇਸ਼ਨ ਕਰ ਦਿਓ 079 ਨਾਲ ਉਹਨਾਂ ਨੂੰ ਵੀ ਗੱਬਣ ਕਰੋ ਚਾਹੇ ਮਹੀਨੇ ਬਾਅਦ ਹੁਣ ਮਾਰਚ ਦੇ ਮਹੀਨੇ ਦੇ ਵਿੱਚ ਛੋਡੇ ਫਾਰਮ ਦੇ ਸਾਰੇ ਐਨੀਮਲ ਗੱਬਣ ਹੋਣੇ ਚਾਹੀਦੇ ਆ ਗਾਹਾਂ ਜਿਹੜੇ ਰਿਪੀਟ ਕਰ ਗਏ ਉਹ ਆਪਾਂ ਅਪ੍ਰੈਲ 'ਚ ਦੇਖ ਲਾਂਗੇ ਕੋਸ਼ਿਸ਼ ਕਰੋ ਲੈ ਵੀ ਮਾਰਚ ਮਾਰਚ ਦੇ ਮਹੀਨੇ ਛੋਡੇ ਐਨੀਮਲ ਗੱਬਣ ਹੋ ਜਾਣਾ ਇਹ ਚੀਜ਼ਾਂ ਦਾ ਆਪਦੇ ਫਾਰਮ ਦੇ ਧਿਆਨ ਰੱਖੋਗੇ ਤਾਂ ਆਪਾਂ ਸਰਵਾਈਵ ਹੋ ਜਾਾਂਗੇ ਵੀਰੇ ਬਾਕੀ ਰਹੀ ਗੱਲ ਨਾਲ ਡਾਕਟਰ ਬਣੋ ਚਾਹੇ ਥੋੜੇ ਟ੍ਰੇਨਿੰਗ ਲੈ ਕੇ ਬਣੋ ਚਾਹੇ ਕਿਵੇਂ ਮਰਜ਼ੀ ਬਣੋ 1 ਸਾਲ ਦੇ ਵਿੱਚ ਤਾਂ ਤੁਸੀਂ 25-30% ਡਾਕਟਰ ਬਣੋ ਹੀ ਬਣੋ ਆ ਦੇ ਫਾਰਮ ਤੇ ਅਗਲੇ ਸਾਲ 50% ਡਾਕਟਰ ਬਣੋ ਆ ਨਿੱਕੀਆਂ ਨਿੱਕੀਆਂ ਗੱਲਾਂ ਜੇ ਆਪਾਂ ਧਿਆਨ ਰੱਖਾਂ ਕਿਹੜਾ ਟੀਕਾ ਲਾਇਆ ਡਾਕਟਰ ਨੇ ਇਹ ਆਪਾਂ ਨੂੰ ਟੀਕਿਆਂ ਦਾ ਪਤਾ ਲੱਗ ਜਾਂਦਾਗਾ ਫਿਰ ਕਿਵੇਂ ਟੀਕਾ ਲਾਉਣਾਗਾ ਉਹ ਆਪਾਂ ਇੱਕ ਦਿਨ ਵੀਡੀਓ ਕਰਾਂਗੇ ਲਓ ਵੀ ਆਪਾਂ ਗਾਈਆਂ ਦੇ ਕਿਵੇਂ ਟੀਕੇ ਲਾਉਣੇ ਆ ਉਹ ਵੀ ਮੈਂ ਦੱਸ ਦਊਗਾ ਤੁਹਾਨੂੰ ਲਵੀ ਕਿਵੇਂ ਟੀਕਾ ਲਾਉਣਾ ਇਸ ਤਰ੍ਹਾਂ ਲਵੀ ਟੀਕਾ ਤੁਸੀਂ ਕੋਈ ਵੀ ਬੰਦਾ ਟੀਕਾ ਲਾ ਸਕਦਾ ਕਿਵੇਂ ਨਾੜ ਚਲਾਉਣਾ ਕਿਵੇਂ ਬੋਤਲ ਲਾਉਣੀ ਹੈ ਸਾਰਾ ਮੈਂ ਦੱਸ ਦਿਆਂਗਾ ਤੁਹਾਨੂੰ ਇੱਕ ਦਿਨ ਵੀਡੀਓ ਕਰਾਂਗੇ ਆਪਾਂ ਇਸ ਤੇ ਇਹ ਗੱਲਾਂ ਤੁਸੀਂ ਸਿੱਖੋ ਹੌਲੀ ਹੌਲੀ ਜੇ ਇਹ ਗੱਲਾਂ ਸਿੱਖਦੇ ਆ ਤਾਂ ਆਪਾਂ ਸਰਵਾਈਵ ਹੋ ਜਾਾਂਗੇ ਆਪਾਂ ਬਚ ਸਕਦੇ ਆ ਹੁਣ ਵੀਡੀਓ ਬਹੁਤ ਲੰਬੀ ਹੋ ਗਈ ਵੀਰ ਜੀ ਜਿਆਦਾ ਤੋਂ ਜਿਆਦਾ ਆਪਣਾ ਚੈਨਲ ਲਾਈਕ ਤੇ ਸਬਸਕ੍ਰਾਈਬ ਕਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ